ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਪੇਂਡੂ ਕੈਨੇਡੀਅਨ। ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਜਿਹੜੀ ਆਪਾਂ ਬਣਾਈ ਸੀ ਕਿ ਹਾਊ ਟੂ ਡਰਾਈਵ ਕਾਰ ਇਨ ਕੈਨੇਡਾ, ਲਿੰਕ ਉੱਪਰ ਆ, ਤੁਸੀਂ ਦੇਖ ਸਕਦੇ ਹੋ। ਜਿਵੇਂ ਡਰਾਈਵਰ ਇੰਪੋਰਟੈਂਟ ਆ, ਅਤੇ ਉਵੇਂ ਆਪਾਂ ਨੂੰ ਇੱਥੇ ਜਿਹੜੀਆਂ ਪਾਰਕਿੰਗਸ ਨੇ, ਹੈ ਨਾ, ਉਹ ਵੀ ਉਨੀ ਆਉਣੀ ਚਾਹੀਦੀ ਹੈ, ਕਿ ਇਹਦੇ ਕਰਕੇ ਆਪਾਂ ਟੈਸਟ 'ਚੋਂ ਫੇਲ ਹੋ ਸਕਦੇ। ਨਹੀਂ, ਤੁਸੀਂ ਕੈਨੇਡਾ ਆ ਰਹੇ ਹੋ ਜਾਂ ਆਓਗੇ, ਤੁਹਾਨੂੰ ਲਾਈਸੈਂਸ ਲੈਣਾ ਸਭ ਤੋਂ ਮਸਟ ਆ। ਆਉਣ ਸਾਰ ਲਾਈਸੈਂਸ ਲਿਓ, ਪਰ ਲਾਈਸੈਂਸ ਲਈ ਤੁਹਾਨੂੰ ਪਾਰਕਿੰਗਸ ਉਹਦੇ ਲੈਸਨ ਲੈਣੇ ਪੈਣਗੇ ਨਾ। ਜੇ ਤੁਹਾਨੂੰ ਥੋੜ੍ਹਾ ਮੋਟਾ ਆਈਡੀਆ ਹੋ ਜੂਗਾ ਤਾਂ ਤੁਹਾਨੂੰ ਸੌਖੀ ਹੋਜੂ, ਘੱਟ ਲੈਸਨ ਲਓਗੇ ਤਾਂ ਘੱਟ ਪੈਸੇ ਖਰਾਬ ਹੋਣਗੇ। ਅੱਜ ਤੁਹਾਨੂੰ ਦੱਸਾਂਗੇ ਆਪਾਂ ਕਿੱਦਾਂ ਪੈਰਲਰ ਪਾਰਕਿੰਗ, ਕਿੱਦਾਂ ਫਰੰਟ, ਰੇਅਰ ਅਤੇ ਆਪਣਾ ਥ੍ਰੀ ਪੁਆਇੰਟ ਟਰਨ ਹੁੰਦੀ ਆ। ਗੋਰਿਆਂ ਦੀ ਵੀਡੀਓ ਬਹੁਤ ਨੇ, ਪੰਜਾਬੀ 'ਚ ਕੋਈ ਨਹੀਂ ਹੈਗੀ, ਅਤੇ ਬਾਕੀ ਮੇਰਾ ਖੁਦ ਦਾ ਐਕਸਪੀਰੀਅੰਸ ਜੋ ਮੈਂ ਐਡ ਕਰੂੰਗਾ ਇਹਦੇ 'ਚ। ਅਤੇ ਜੇ ਤੁਸੀਂ ਕੁਛ ਨਾ ਕੁਛ ਸਿੱਖੋਗੇ ਤਾਂ ਮੈਨੂੰ ਜ਼ਰੂਰ ਇੰਸਟਾ 'ਤੇ ਮੈਸੇਜ ਕਰ ਦਿਓ, ਪੇਂਡੂ ਕੈਨੇਡੀਅਨ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ। ਦੱਸੋ ਕਿਵੇਂ ਲੱਗੀਆਂ, ਮੇਰੀ ਨਿੱਕੀ ਜਿਹੀ ਕੋਸ਼ਿਸ਼ ਆ ਤੁਹਾਡੇ ਤੱਕ ਪਹੁੰਚਣ ਲਈ, ਤੁਹਾਨੂੰ ਚੰਗੀ ਚੀਜ਼ ਦੱਸਣ ਲਈ। ਅਤੇ ਬਾਕੀ ਸਿਖਾ ਦਿੰਦੇ ਨੇ ਸਕੂਲ ਵਾਲੇ, $30 $35 ਲੈਂਦੇ ਨੇ ਘੰਟੇ ਦੇ, ਪਰ ਜੇ ਤੁਹਾਨੂੰ ਮਾੜਾ ਮੋਟਾ ਆਈਡੀਆ ਹੈਗਾ ਤਾਂ ਤੁਹਾਨੂੰ ਜ਼ਿਆਦਾ ਲੈਸਨ ਨਹੀਂ ਲੈਣੇ ਪੈਣੇ। ਬਸ ਮੇਰਾ ਕੋਸ਼ ਸਿਰਫ ਇਹ ਆ, ਬਾਕੀ ਤੁਸੀਂ ਹੁਣ ਦੇਖੋਗੇ ਵੀਡੀਓ। ਚਲੋ ਜੀ, ਆਜੋ, ਤੁਹਾਨੂੰ ਦਿਖਾਉਂਦੇ ਹਾਂ, ਆਜੋ। ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਥ੍ਰੀ ਪੁਆਇੰਟ ਟਰਨ। ਇਹ ਗਲੀ ਦੇ ਵਿੱਚੋਂ ਕਿਤੋਂ ਵੀ ਤੁਹਾਡਾ ਟੈਸਟ ਲੈਣ ਵਾਲਾ ਕਿਤੋਂ ਵੀ ਮਰਵਾ ਸਕਦਾ। ਸਭ ਤੋਂ ਪਹਿਲਾਂ ਆਪਾਂ ਰਾਈਟ ਸਾਈਡ ਪਾਰਕ ਕਰਨੀ ਆ, ਅਤੇ ਡੀ 'ਚ ਪਾ ਕੇ ਡਰਾਈਵ, ਲੈਫਟ ਇੰਡੀਕੇਟਰ ਦੇਣਾ, ਪਿੱਛੇ ਦੇਖਣਾ ਕੋਈ ਆਉਣਾ ਤਾਂ ਨਹੀਂ, ਲੈਫਟ ਨੂੰ ਗੱਡੀ ਮੋੜ ਦੇਣੀ ਆ ਸਾਰੀ, ਉੱਥੇ ਰੋਕਣਾ, ਰਿਵਰਸ ਕਰਨੀ ਗੱਡੀ, ਰਾਈਟ ਇੰਡੀਕੇਟਰ ਦੇਣਾ, ਪੂਰੀ ਰਾਈਟ ਨੂੰ ਕੱਟ ਦੇਣੀ ਗੱਡੀ ਜਿੰਨੀ ਹੋ ਸਕੇ, ਠੀਕ ਆ। ਗੱਡੀ ਆਪਣੀ ਪਿੱਛੇ ਨੂੰ ਜਾਊ, ਉਸ ਤੋਂ ਬਾਅਦ ਰਾਈਟ ਇੰਡੀਕੇਟਰ ਫਿਰ ਦੇ ਕੇ ਡੀ 'ਚ ਕਰਕੇ ਡਰਾਈਵ 'ਚ ਰਾਈਟ ਇੰਡੀਕੇਟਰ ਦੇ ਕੇ, ਲਓ ਜੀ ਆਪਾਂ ਰਾਈਟ ਵਾਲੀ ਕਰਬ ਵਾਲੇ ਪਾਸੇ ਆ ਜਾਣਾ। ਲਓ ਜੀ ਆਪਣੀ ਥ੍ਰੀ ਪੁਆਇੰਟ ਟਰਨ ਕੰਪਲੀਟ। ਨੈਕਸਟ ਵਨ ਹੈਗੀ ਹੈ ਜੀ ਆਪਣੀ ਫਰੰਟ ਪਾਰਕਿੰਗ, ਜਿਹੜੀ ਆਪਾਂ ਲਾਵਾਂਗੇ। ਫਰੰਟ ਪਾਰਕਿੰਗ ਲਈ ਤੁਹਾਨੂੰ ਹਮੇਸ਼ਾ, ਜੇ ਤੁਸੀਂ ਲੈਫਟ ਵਾਲੇ ਪਾਸੇ ਲਾਉਣਾ ਤਾਂ ਸੱਜੇ ਪਾਸੇ ਰੱਖਿਓ, ਤਾਂ ਜੇ ਰਾਈਟ ਵਾਲੇ ਪਾਸੇ ਲਾਉਣੀ ਹੈ ਤਾਂ ਲੈਫਟ ਵਾਲੇ ਪਾਸੇ, ਤਾਂ ਕਿ ਆਪਾਂ ਨੂੰ ਘੇਰਾ ਮਿਲ ਸਕੇ। ਅਤੇ ਜਿਵੇਂ ਮੰਨ ਲਓ ਹੁਣ ਮੈਂ ਲਾਉਣੀ ਆ, ਜਿਹੜੀ ਪਾਰਕਿੰਗ 'ਚ ਲਾਉਣੀ ਹੈ ਮੈਂ, ਉਹ ਤੋਂ ਇੱਕ ਪਿੱਛੇ ਮੇਰੀ ਡਰਾਈਵ ਸੀਟ ਹੋਊਗੀ, ਇੱਕ ਪਿੱਛੇ ਮੈਂ ਡਰਾਈਵ ਜਿੱਥੇ ਮੈਂ ਬੈਠਾ ਹੋਊਗਾ ਉਹ ਤੋਂ ਅਗਲੀ 'ਚ ਲਾਊਂਗਾ। ਇਹ ਆਹ ਦੇਖੋ, ਲਓ ਜੀ ਮੇਰੇ ਸ਼ੀਸ਼ੇ ਨੂੰ ਪਿਛਲੀ ਇੱਧਰਲੀ ਲੈਫਟ ਵਾਲੀ ਸਿੱਧੀ ਸੀ ਜਿੱਥੇ ਮੈਂ ਜੈਲੋ ਡਾਟ ਲਾਇਆ ਸੀ। ਲਓ ਜੀ ਆਪਾਂ ਇਹਨੂੰ ਥੋੜ੍ਹੀ ਜਿਹੀ ਐਡਜਸਟ ਕਰ ਸਕਦੇ ਹਾਂ, ਪਿੱਛੇ ਗੇਅਰ ਪਾ ਕੇ ਆਪਾਂ, ਲਓ ਜੀ ਆਪਣੀ ਐਡਜਸਟ ਹੋ ਗਈ, ਜੇ ਮਾੜੀ ਮੋਟੀ ਟੇਢੀ ਲੱਗੀ ਆ। ਹੁਣ ਆਪਾਂ ਲਾਵਾਂਗੇ ਬੈਕ ਪਾਰਕਿੰਗ। ਬੈਕ ਪਾਰਕਿੰਗ ਲਈ ਸੱਜੇ ਪਾਸੇ ਰੱਖਿਓ, ਜਿਹੜੇ ਦੂਜੇ ਪਾਸੇ ਲਾਉਣੀ ਉਲਟ, ਥੋੜ੍ਹਾ ਵੀ ਘੇਰਾ ਮਿਲ ਜੇ। ਦੋ ਪਾਰਕਿੰਗਾਂ ਛੱਡਣੀਆਂ ਨੇ ਡਰਾਈਵਰ ਸੀਟ ਨਾਲੋਂ, ਦੋ ਪਾਰਕਿੰਗ ਸਪੋਟ ਛੱਡ ਕੇ ਪਿਛਲੀ 'ਚ ਲੱਗੂਗੀ, ਅਤੇ ਕਾਰ ਮੇਰੀ ਕਿੱਥੇ ਖੜ੍ਹੀ ਆ ਅਤੇ ਮੈਂ ਤੀਜੀ 'ਚ ਲਾਉਣੀ ਆ। ਰਿਵਰਸ ਪਾ ਕੇ ਸਟੀਅਰਿੰਗ ਪੂਰਾ ਕੱਟ ਦੇਣਾ, ਸਟੀਅਰਿੰਗ ਪੂਰਾ ਕੱਟਣ ਦਾ ਇੱਦਾਂ ਵੀ ਆਪਣੀ ਪਾਰਕਿੰਗ ਲੱਗ ਜੂਗੀ। ਡਰਾਈਵਰ ਸੀਟ ਤੋਂ ਦੋ, ਇੱਕ ਡਰਾਈਵਰ ਸੀਟ ਦੇ ਸਾਹਮਣੇ ਹੋਵੇ, ਇੱਕ ਪਿਛਲੀ ਸੀਟ ਦੇ ਸਾਹਮਣੇ ਸਪੋਟ ਹੋਵੇ ਉਹਦਾ ਪਾਰਕਿੰਗ ਦਾ, ਤੀਜੀ 'ਚ ਲਾਉਣੀ ਆ ਆਪਾਂ ਬੈਕ ਵੇਲੇ। ਲਓ ਜੀ ਆਪਾਂ ਪਾਰਕਿੰਗ ਕਰ ਦੇਣੀ ਆ। ਹੁਣ ਤੁਸੀਂ ਦੇਖ ਲਓ ਆਪਣੇ ਹੈਂਡ ਬ੍ਰੇਕ ਨੇ, ਹੈਂਡ ਬ੍ਰੇਕ ਲਾ ਦੇਣੇ ਆਪਾਂ, ਆਹ ਦੇਖੋ ਜੀ ਬਿਲਕੁਲ ਸਿੱਧਮ ਸਿੱਧੀ ਖੜ੍ਹੀ ਗੱਡੀ। ਅਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਪੈਰਲਰ ਪਾਰਕਿੰਗ। ਤਿੰਨ ਗਿੱਠਾਂ ਦਾ ਸੰਨ ਹੋਵੇ ਦੂਜੀ ਗੱਡੀ ਨਾਲੋਂ, ਜਿਹੜੀ ਕਿ ਆਪਾਂ ਸਟਰੀਟ 'ਤੇ ਗੱਡੀ 'ਤੇ ਮਗਰ ਲਾਉਣੀ ਹੈ, ਦੋ ਗੱਡੀਆਂ ਦੇ ਸੰਨ 'ਚ ਇਹ ਲਾਵਾਂਗੇ ਆਪਾਂ ਪੈਰਲਰ ਪਾਰਕਿੰਗ। ਇੰਡੀਕੇਟਰ ਲਾ ਲੈਣੇ ਆ ਅਤੇ ਰਿਵਰਸ ਕਰਨੀ, ਰਿਵਰਸ 'ਚ ਪਾ ਕੇ ਇੰਡੀਕੇਟਰ ਲਾ ਕੇ ਰਾਈਟ ਇੰਡੀਕੇਟਰ ਦੇਣਾ ਜੀ ਆਪਾਂ, ਆਪਣਾ ਬੰਦ ਕਰਕੇ ਰਾਈਟ ਇੰਡੀਕੇਟਰ ਦੇ ਕੇ ਆਪਾਂ ਇੱਧਰ ਨੂੰ ਮੋੜਨਾ। ਜਦੋਂ ਲਾਈਟ ਗੱਡੀ ਦੀ ਪਿਛਲੇ ਸ਼ੀਸ਼ੇ ਦੇ ਸਾਹਮਣੇ ਆ ਜੇ, ਆਪਾਂ ਸਾਰਾ ਜਿੰਨਾ ਹੋ ਸਕੇ ਗੱਡੀ ਦਾ, ਗੱਡੀ ਨੂੰ ਮਤਲਬ ਕਿ ਸੱਜੇ ਪਾਸੇ ਮੋੜ ਦੇਣਾ ਸਟੀਅਰਿੰਗ ਨੂੰ, ਠੀਕ ਆ ਜੀ। ਲਓ ਜੀ ਆਪਣੀ ਗੱਡੀ ਹੁਣ ਮੁੜਨ ਲੱਗ ਗਈ। ਆ ਲਓ ਜੀ ਜਦੋਂ ਆਹ ਗੱਡੀ ਦੀ ਨੰਬਰ ਪਲੇਟ ਆਪਣੇ ਸ਼ੀਸ਼ੇ ਦੇ ਵਿਚਾਲੇ ਆ ਜੇ, ਉਦੋਂ ਆਪਾਂ ਲੈਫਟ ਨੂੰ ਕੱਟ ਦੇਣਾ ਰਿਵਰਸ ਪਾ ਕੇ। ਇਹ ਆ ਲਓ ਜੀ ਲੈਫਟ ਨੂੰ ਕੱਟਤਾ ਸਾਰਾ ਸਟੀਅਰਿੰਗ, ਠੀਕ ਆ। ਅਤੇ ਆਪਣੀ ਗੱਡੀ ਨਾਲ ਦੇ ਨਾਲ ਮੁੜਨ, ਇੱਦਾਂ ਮੁੜਨ ਲੱਗ ਜੂਗੀ। ਬਸ ਆਹ ਜਿਹੜੀ ਟ੍ਰੈਫਿਕ ਆ ਰਹੀ ਆ ਉਹਨੂੰ ਵਾਚ ਕਰਨਾ, ਅਤੇ ਆਰਾਮ ਨਾਲ ਜੀ ਆਪਣੀ ਪੈਰਲਰ ਪਾਰਕਿੰਗ ਲੱਗ ਜਾਣੀ ਆ। ਇਹ ਤੁਸੀਂ ਡਰੋਨ ਸ਼ੂਟ, ਤੁਹਾਨੂੰ ਮੈਂ ਸਾਰੇ ਐਂਗਲ ਦਿਖਾਉਣ ਦੀ ਕੋਸ਼ਿਸ਼ ਕੀਤਾ ਕਿ ਤੁਹਾਡੇ ਦਿਮਾਗ 'ਚ ਪੈ ਜੇ, ਹੋਰ ਕੁਛ ਨਹੀਂ। ਆਹ ਦੇਖੋ ਜੀ ਹੁਣ ਆਪਣੀ ਇੱਦਾਂ, ਆਹ ਦੇਖੋ
ਬਹੁਤ ਦੇਖੋ ਕਿੰਨੀ ਦੋ ਗੱਠਾਂ ਸਨ ਪਿਆ ਮੂਹਰਲੀ ਗੱਡੀ ਨੂੰ ਟੱਚ ਹੋਣ ਨੂੰ, ਅਤੇ ਉਹਨਾਂ ਨੇ ਜਿਵੇਂ ਮੂਹਰਲੀ ਗੱਡੀ ਨੇ ਜਮ੍ਹਾਂ ਨਾਲ ਕਰਵ 'ਤੇ ਲਾਈ ਆ ਆਪਣੀ, ਨਾ ਕਰਵ 'ਤੇ ਆ ਨਾ ਇੱਧਰ ਵਿਚਾਲੇ 'ਚ ਲੱਗੀ ਹੈ, ਜੇ ਆਪਾਂ ਨੂੰ ਸੈੱਟ ਕਰਨੀ ਹੋਵੇ ਉਹ ਤੋਂ ਆਪਾਂ ਸੈੱਟ ਕਰ ਸਕਦੇ, ਜਿਵੇਂ ਜੇ ਅੱਗੇ ਪਿੱਛੇ ਕਰਨੀ ਹੋਵੇ ਡੀ 'ਚ ਪਾ ਕੇ ਆਪਾਂ ਅੱਗੇ ਕਰਕੇ ਸਟੀਅਰਿੰਗ ਸਿੱਧਾ ਕਰ ਦੇਣਾ ਜੀ, ਪਾਰਕਿੰਗ ਹੋ ਗਈ ਗੱਡੀ ਜੀ ਆਪਣੀ, ਆਹ ਖੜੀ ਹੈ ਜੀ ਗੱਡੀ ਆਪਣੀ, ਆਪਾਂ ਥੋੜ੍ਹੀ ਅੱਗੇ ਕਰ ਦੇਣੀ ਤਾਂ ਕਿ ਗੱਡੀ ਦਾ ਠੀਕ ਹੋ ਜਾਵੇ। ਲਓ ਜੀ ਇਹ ਸੀਗੀਆਂ ਆਪਣੀਆਂ ਤਿੰਨੇ ਪਾਰਕਿੰਗ। ਸੋ ਵੀਡੀਓ ਤੁਸੀਂ ਦੇਖ ਹੀ ਲਈਆਂ, ਤੁਹਾਨੂੰ ਦੱਸਿਓ ਵੀ ਕਿੱਦਾਂ ਲੱਗੀ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਬੈਸਟ ਤੋਂ ਬੈਸਟ ਸੌਖੇ ਤੋਂ ਸੌਖੇ ਸਾਦੀ ਭਾਸ਼ਾ 'ਚ ਦੱਸਿਆ ਜਾਵੇ ਤਾਂ ਕਿ ਤੁਹਾਨੂੰ ਸਮਝ ਆ ਸਕੇ। ਮੈਨੂੰ ਪਤਾ ਤੁਸੀਂ ਜਿਹੜੀ ਪਹਿਲੀ ਵੀਡੀਓ ਪਾਈ ਸੀ ਤੁਸੀਂ ਬਹੁਤ ਸੋਹਣੀ ਲੱਗੀ ਤੁਹਾਨੂੰ, ਕਿਉਂਕਿ ਮੈਂ ਜਿਵੇਂ ਸਮਝਾਇਆ ਸੀ ਅਤੇ ਇੱਦਾਂ ਹੀ ਇਹ ਸੀ ਬਸ। ਅਤੇ ਕੋਈ ਵੀ ਫੀਡਬੈਕ ਦੇਣੀ ਹੋਈ ਥੱਲੇ ਮੈਸੇਜ ਕਰ ਦਿਓ, ਅਤੇ ਬੇਸ਼ੱਕ ਇੰਸਟਾ 'ਤੇ ਮੈਸੇਜ ਕਰ ਦਿਓ ਪੇਂਡੂ ਕਨੇਡੀਅਨ, ਅਤੇ ਤੁਹਾਨੂੰ ਰਿਪਲਾਈ ਇੱਕ ਜਾਂ ਅੱਧੇ ਦਿਨ ਦੇ ਵਿੱਚ ਆ ਜਾਊਗਾ। ਅਤੇ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਜੇ ਤੁਹਾਨੂੰ ਕੋਈ ਹੋਰ ਟੈਸਟ ਕਿੱਦਾਂ ਹੁੰਦਾ ਕੈਨੇਡਾ ਕਿਵੇਂ ਸਾਰਾ ਕੁਛ, ਤਾਂ ਇੱਕ ਨਾਟਕ ਦੀ ਤਰ੍ਹਾਂ ਮੇਰਾ ਸੋਚਿਆ ਹੋਇਆ ਕੋਈ ਬੰਦਾ ਲੈ ਕੇ ਆਪਾਂ ਦੋ ਤਿੰਨ ਬੰਦੇ ਲੈ ਕੇ ਉੱਦਾਂ ਬਣਾਵਾਂਗੇ, ਕਿਵੇਂ ਇੱਕ ਸਟੂਡੈਂਟ ਜਾਂ ਇੱਕ ਬੰਦੇ ਦਾ ਲੈਸਨ, ਕਿਵੇਂ ਇੱਕ ਟੈਸਟ ਲਿਆ ਜਾਂਦਾ ਸੜਕ ਦੇ ਉੱਤੇ। ਜੇ ਤੁਹਾਨੂੰ ਚਾਹੀਦੀ ਵੀਡੀਓ ਤਾਂ ਕਮੈਂਟ ਕਰਕੇ ਦੱਸਿਓ। ਲਵ ਯੂ ਸਾਰਿਆਂ ਨੂੰ, ਬਾਏ ਬਾਏ।